ਤੁਸੀਂ ਦੇਖਿਆ ਕਿਵੇਂ ਮਾਧੇ ਮਾਂ ਪਖੰਡ ਦੀ ਦੇਵੀ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਲੁੱਟ ਰਹੀ ਹੈ। ਤੁਹਾਡੀਆਂ ਬਹੁਤ ਸਾਰੀਆਂ ਈਮੇਲ ਆਈਆਂ ਨੇ, ਸੋ ਫੈਸਲਾ ਕੀਤਾ ਜ਼ਰਾ ਉਸ 'ਤੇ ਝਾਤ ਮਾਰੀਏ। ਸਾਨੂੰ ਬਹੁਤ ਸਾਰੇ ਦਰਸ਼ਕਾਂ ਨੇ ਈਮੇਲਸ ਭੇਜੀਆਂ ਨੇ ਜਿਨ੍ਹਾਂ 'ਚ ਕੁਝ ਦਰਸ਼ਕਾਂ ਨੇ ਲਿਖਿਆ ਕਿ ਮਾਧੇ ਮਾਂ ਬੇਕਸੂਰ ਹੈ ਤੇ ਮੀਡੀਆ ਉਸ ਦੀ ਨੈਗੇਟਿਵ ਇਮੇਜ ਬਣਾਉਣ ਦਾ ਜ਼ਿੰਮੇਵਾਰ ਹੈ, ਪਰ ਜ਼ਿਆਦਾ ਲੋਕਾਂ ਨੇ ਉਸ ਨੂੰ ਕਸੂਰਵਾਰ ਹੀ ਠਹਿਰਾਇਆ ਹੈ। ਲੋਕਾਂ ਨੇ ਉਸ ਨੂੰ ਸਜ਼ਾ ਦੇਣ ਦਾ ਕੰਮ ਵੀ ਲੋਕਾਂ ਤੇ ਹੀ ਛੱਡਿਆ। ਉਹਨਾਂ ਨੇ ਸਲਾਹ ਦਿੱਤੀ ਹੈ ਕਿ ਲੋਕ ਉਸ ਨੂੰ ਮਾਧੇ ਮਾਂ ਦਾ ਅਹੁਦਾ ਦੇਣ ਦੇ ਜ਼ਿੰਮੇਵਾਰ ਨੇ। ਲੋਕਾਂ ਨੂੰ ਚਾਹੀਦਾ ਇਹ ਹੈ ਕਿ ਉਹ ਐਸੇ ਪਾਖੰਡੀ ਸਾਧੂ ਬਾਬਿਆਂ ਤੇ ਦੇਵੀਆਂ ਤੇ ਵਿਸ਼ਵਾਸ ਕਰਨਾ ਛੱਡਣ। ਜੇ ਉਹਨਾਂ ਦੇ ਵੱਲੋਂ ਐਸੇ ਬਾਬਿਆਂ ਤੇ ਦੇਵੀਆਂ ਪ੍ਰਤੀ ਸ਼ਰਧਾ ਖਤਮ ਹੋ ਜਾਵੇ ਤਾਂ ਇਹ ਧਰਮ ਦੇ ਨਾਂ ਤੇ ਗੁੰਮਰਾਹ ਕਰਨ ਵਾਲੇ ਆਪੇ ਹੀ ਖਤਮ ਹੋ ਜਾਣਗੇ। ਨੂੰ ਤੇ ਸੱਸ ਨੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਖਾਂ ਓਲੇ ਸੱਸੇ ਤੇਰੀ ਮੈਂ ਮਰ ਜੇ ਮੇਰੇ ਵੀਰ ਨੂੰ ਸੁੱਕੀ ਕੰਢ ਪਾਈ। ਸੋ ਨੂੰਹ ਤੇ ਸੱਸ ਦੀ ਲੜਾਈ ਵਿੱਚ ਬੰਦਾ ਇਸ ਤਰ੍ਹਾਂ ਪਿਛ ਜਾਂਦਾ, ਅਗਰ ਉਹ ਆਪਣੀ ਮਾਂ ਦੀ ਕਰਦਾ ਤਾਂ ਘਰਵਾਲੀ ਨਾਰਾਜ਼ ਹੁੰਦੀ ਹੈ, ਅਗਰ ਘਰਵਾਲੀ ਦੀ ਕਰਦਾ ਤਾਂ ਮਾਂ ਨਾਰਾਜ਼ ਹੁੰਦੀ ਹੈ। ਉਹ ਵਿਚਾਰਾ ਚੱਕੀ ਦੇ ਦੋ ਪੁੜਾਂ ਦੇ ਵਿਚਾਲੇ ਪਿਸ ਜਾਂਦਾ। ਜਿਹੜੀ ਮਾਂ ਹੈ ਉਹ ਬੋਲਣਾ ਸਿਖਾਉਂਦੀ ਹੈ ਅਤੇ ਘਰਵਾਲੀ ਚੁੱਪ ਰਹਿਣਾ ਸਿਖਾਉਂਦੀ ਹੈ। ਸੋ ਨੂੰਹ ਤੇ ਸੱਸ ਦੀ ਨੋਕ ਚੁੱਕ ਹੁੰਦੀ ਰਹੇ ਕੋਈ ਬੁਰੀ ਗੱਲ ਨਹੀਂ, ਕਿਉਂਕਿ ਦੋ ਭਾਂਡੇ ਆਪਸ ਵਿੱਚ ਖੜਕਦੇ ਹੁੰਦੇ ਨੇ। ਪੇਸ਼ ਕਰਨ ਜਾ ਰਿਹਾ ਇਸ ਅਦਾਲਤ ਵਿੱਚ ਨੂੰਹ ਤੇ ਸੱਸ ਨੂੰ। ਹਾਂਜੀ ਮਾਤਾ ਜੀ, ਤੁਹਾਡਾ ਨਾਮ? ਪ੍ਰੀਤਮ ਕੌਰ। ਸਾਰੇ ਪਿੰਡ 'ਚ ਮੈਨੂੰ ਪ੍ਰੀਤਮ ਕੌਰ ਖਰਾਣੇ ਵਾਲੀ ਕਹਿੰਦੇ ਨੇ। ਘਰ ਵਾਲੇ ਦਾ ਨਾਮ? ਬੇ ਸਾਡੇ ਘਰ ਵਾਲੇ ਦਾ ਨਾਂ ਨਹੀਂ ਲੈਂਦੇ। ਫਿਰ ਵੀ ਮਾੜਾ ਮੋਟਾ ਆਈਡੀਆ ਤਾਂ ਦਿਓ ਨਾ। ਆਹਾ, ਆ ਜਿਹੜਾ ਲੱਸੀ ਤੇ ਆਉਂਦਾ ਹੈ, ਮੱਖਣ ਸਿੰਘ। ਆਹੋ, ਮੱਖਣ ਸਿੰਘ। ਤੇ ਮੈਡਮ ਜੀ ਤੁਹਾਡਾ ਨਾਮ? ਹਰਪ੍ਰੀਤ ਕੌਰ। ਤੇ ਹਸਬੈਂਡ ਦਾ ਨਾਮ? ਗੁਰਜੰਟ ਸਿੰਘ। ਤੁਸੀਂ ਦੋਵੇਂ ਆਪਸ 'ਚ ਨੂੰਹ ਤੇ ਸੱਸ ਹੋ? ਆਹੋ, ਮੇਰੀ ਮਾੜੀ ਕਿਸਮਤ ਸੜ ਗਏ ਲੇਕ, ਬਦਕਿਸਮਤੀ ਨਾਲ ਮੈਂ ਇਹਦੀ ਸੱਸ ਹਾਂ ਤੇ ਮੈਂ ਬਦਕਿਸਮਤੀ ਨਾਲ ਇਹਦੀ ਨੂੰਹ ਹਾਂ। ਵੇ ਪੁੱਤ, ਮੈਂ ਤਾਂ ਸਾਰੀ ਦੁਨੀਆ ਨੂੰ ਇਹੀ ਕਹਾਂਗੀ, ਨੂੰਹ ਹੋਵੇ ਤਾਂ ਚੱਜ ਦੀ, ਨਹੀਂ ਤਾਂ ਮੁੰਡਾ ਛੱਡਾ ਹੀ ਚੰਗਾ। ਤੇ ਮੈਂ ਵੀ ਸਾਰੀ ਦੁਨੀਆ ਨੂੰ ਇਹੀ ਕਹੂੰਗੀ ਕਿ ਸੱਸ ਹੋਵੇ ਤਾਂ ਚੰਗੀ ਹੋਵੇ, ਨਹੀਂ ਤਾਂ ਫੋਟੋ ਟੰਗੀ ਹੋਵੇ। ਦੇਖਿਆ, ਆ ਮੈਨੂੰ ਤਾਂ ਮਰਾਈ ਭਾਲਦੀ ਹੈ, ਆਹੀ ਕੁਛ ਸਿਖਾ ਕੇ ਤਾਂ ਤੋਰੀ ਹੈ ਪਿਛਲਿਆਂ ਨੇ। ਵੇ ਵਕੀਲੂ, ਦੇਖ ਲੈ ਕਿਵੇਂ ਗਿੱਠ ਦੀ ਜ਼ਬਾਨ ਲੱਗੀ ਹੋਈ ਹੈ, ਸਾਰਾ ਦਿਨ ਚਬਰ 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 ਚਬਰ, ਮੈਂ ਇਸ ਵਾਂਗੂ ਲੱਤਾਂ ਨੇ ਸਾਰ ਕੇ ਪਈ ਰਹੂਗੀ। ਉੱਠਦਿਆਂ ਸਾਰ ਮੰਗੂ ਆ ਬੈੱਡ ਵਾਲੀ ਚਾਹ, ਨਾ ਮੈਂ ਤੇਰੇ ਪਿਓ ਦੀ ਗੋਲੀ ਰੱਖੀ ਹੋਈ ਆ, ਹੈ ਨਾ ਰੋਟੀ ਬਣਾਉਣ ਦੀ ਅਕਲ, ਨਾ ਦਾਲ ਸਬਜ਼ੀ ਬਣਾਉਂਦਾ ਚੱਜ, ਬਸ ਬੋਲਣ ਨੂੰ ਅੱਡਾ ਡੰਡਾ ਲੱਗਿਆ। ਸਾਰੇ ਕੰਮ ਕਰਦੀ ਆ ਫਿਰ ਵੀ ਨੁਕਸ ਕੱਢਦੀ ਰਹੂ, ਕਦੇ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ, ਸਾਰਾ ਦਿਨ ਮੇਰੇ ਪੇਕਿਆਂ ਤੇ ਚੜੀ ਰਹਿੰਦੀ ਹੈ, ਨਾ ਮੈਂ ਬਹੁਤ ਵੱਡੇ ਖਾਨਦਾਨ ਦੀ ਆ, ਬਹੁਤ ਉੱਚੇ ਖਾਨਦਾਨ ਦੀ। ਹਾਂ, ਤੁਹਾਡੇ ਘਰ ਵਾਲੇ ਖਜੂਰ ਤੇ ਰਹਿੰਦੇ ਆ? ਚੱਲ ਵੇ ਚੱਲ, ਮੇਰਾ ਬਾਪ ਅਫਸਰ, ਮੇਰੀ ਮਾਂ ਅਫਸਰ, ਭਰਾ ਮੇਰਾ ਕੈਨੇਡਾ ਗਿਆ ਤੇ ਮੈਂ ਪੈ ਗਈ ਆ ਨਾ ਅਨਪੜਾਂ ਦੇ ਵਸਤ। ਲੈ ਆ ਬਹੁਤੀ ਪੜ੍ਹੀ ਲਿਖੇ ਤਾਂ ਦੇਖ ਲਓ, ਐਡਾ ਮੂੰਹ ਪਾਟਿਆ, ਆਟਾ ਗੁੰਨਦੀ ਆ ਜੁੰਡੇ ਜੇ ਖੁੱਲੇ ਰੱਖੂ, ਅੱਧੇ ਵਾਲ ਤਾਂ ਇਹਦੇ ਆਟੇ 'ਚ ਪੈ ਜਾਂਦੇ ਨੇ। ਉਹ ਮੈਂ ਜਿਹਨੂੰ ਸਵਾਲ ਪੁੱਛੂੰਗਾ ਉਸੇ ਨਹੀਂ ਜਵਾਬ ਦੇਣਾ, ਇਹ ਤੁਹਾਡਾ ਘਰ ਨਹੀਂ, ਇਹ ਸੱਚ ਦੀ ਅਦਾਲਤ ਹੈ। ਇਹ ਜਿੱਥੇ ਮਰਜ਼ੀ ਵਗ ਜੇ, ਇਹਦਾ ਤਾਂ ਇਹੀ ਹਾਲ ਹੈ। ਇਹ ਗੁਰਦੁਆਰੇ ਵਗ ਜੇ, ਇਹਦਾ ਉੱਥੇ ਵੀ ਇਹੀ ਹਾਲ ਹੈ। ਮੈਂ ਜਿਹਨੂੰ ਸਵਾਲ ਪੁੱਛੂੰਗਾ ਸਿਰਫ ਉਹੀ ਬੋਲੂ। ਵੇ ਪੁੱਤ, ਮੈਂ ਕਾਹਨੂੰ ਬੋਲਦੀ ਹਾਂ। ਅੱਛਾ ਮਾਤਾ ਜੀ, ਇਹ ਦੱਸੋ ਵੀ ਤੁਹਾਡੇ ਮੁੰਡੇ ਨੇ ਲਵ ਮੈਰਿਜ ਕਰਵਾਈ ਹੈ? ਆਹੋ, ਆ ਪਿਆਰ ਵਾਲੀ ਸ਼ਾਦੀ ਕਚਹਿਰੀਆਂ 'ਚ ਪੜ੍ਹੇ ਲਿਖੇ ਲੋਕਾਂ 'ਚ ਬੇਇੱਜ਼ਤੀ ਕਰਾਈ ਹੈ। ਮੇਰਾ ਮੁੰਡਾ ਤਾਂ ਬਾਲਾ ਗਊ ਸੀ, ਇਹਨੇ ਕੁਛ ਸਿਰ 'ਚ ਪਾਤਾ। ਮਾਤਾ ਜੀ, ਤੁਹਾਨੂੰ ਪੁੱਛ ਕੇ ਲਵ ਮੈਰਿਜ ਕਰਵਾਈ ਹੈ? ਲੈ, ਮੈਨੂੰ ਕਾਹਤੋਂ ਪੁੱਛਿਆ, ਜੇ ਪੁੱਛਦਾ ਤਾਂ ਮੈਂ ਹੋਣ ਦਿੰਦੀ ਸੀ। ਵੇ ਪੁੱਤ, ਇਹਨੇ ਉਹਨੂੰ ਆਪਣੇ ਪਿੱਛੇ ਲਾ ਲਿਆ, ਨਰਮ ਸੀ, ਇਹ ਸੀ ਚਲਾਕ। ਮੇਰਾ ਮੁੰਡਾ ਤਾਂ ਕਦੇ ਮੇਰੇ ਅੱਗੇ ਨਹੀਂ ਸੀ ਬੋਲਦਾ, ਪਰ ਇਹਨੇ ਬੋਲਣ ਲਾ ਤਾ, ਦਿਨ 'ਚ 100-100 ਗੱਲਾਂ ਬੋਲਦਾ, ਜਿਹੜਾ ਮੇਰੇ ਬਿਨਾਂ ਮਿੰਟ ਨਹੀਂ ਸੀ ਸਾਰਦਾ। ਇੱਕ ਮਿੰਟ ਨਾ ਦਿਖਦੀ ਤਾਂ ਫੁੱਲ ਵਾਂਗੂ ਘੁੰਮਲਾ ਜਾਂਦਾ, ਪਰ ਇਹਨੇ ਉਹਨੂੰ ਚਾਬੀ ਵਾਲਾ ਬਾਂਦਰ ਬਣਾ ਰੱਖਿਆ, ਜਿਵੇਂ ਕਹਿੰਦੀ ਹੈ ਉਵੇਂ ਨੱਚਦਾ। ਮੈਂ ਤਾਂ ਬਾਲਾ ਹੀ ਔਖਾ ਲਿਆ ਸੀ ਦੋ ਧੀਆਂ ਪਿੱਛੋਂ। ਮਾਤਾ ਜੀ, ਰੋਣਾ ਨਹੀਂ ਪਲੀਜ਼। ਵੇ ਪੁੱਤ, ਮੇਰੇ ਮੁੰਡੇ ਨੂੰ ਬਹੁਤ ਤਕੜੇ ਤਕੜੇ ਘਰਾਂ ਦੇ ਰਿਸ਼ਤੇ ਆਉਂਦੇ ਸੀ, ਬਹੁਤ ਸੋਹਣੀਆਂ ਸੋਹਣੀਆਂ ਕੁੜੀਆਂ ਦੇ, ਪਰ ਸਾਡੇ ਗੱਲ ਆਹ ਫਾਹਾ ਜੋ ਪੈਣਾ ਸੀ, ਲੋਕਾਂ 'ਚ ਬੇਇੱਜ਼ਤੀ ਹੋਣੀ ਸੀ।
ਉਹ ਤਾਂ ਫੇਰ ਵੀ ਨਪੋਤੇ ਦਾ ਦਿਮਾਗ ਕੰਮ ਕਰ ਗਿਆ, ਵਿੱਚ ਵਿਚੋਲਾ ਪਾ ਲਿਆ। ਧੀਆਂ ਕਹਿੰਦੀਆਂ, ਮਾਂ ਸਾਡਾ ਇਕੱਲਾ ਇਕੱਲਾ ਭਾਈ ਹੈ, ਅਸੀਂ ਤਾਂ ਚਾਅ ਪੂਰੇ ਕਰਨੇ ਨੇ, ਪਰ ਇਹਦੇ ਬਾਪ ਨੇ ਆ ਕਚਹਿਰੀਆਂ 'ਚ ਹੀ ਵਿਆਹ ਦੇ ਕਾਗਜ਼ ਤਿਆਰ ਕਰਾ ਲਏ, ਇਹਨਾਂ ਨੂੰ ਬਹੁਤੀ ਕਾਹਲੀ ਜਿਹਾ ਸੀ ਵਿਆਹ ਦੀ। ਪੁੱਤ, ਲੋਕ ਤਾਂ ਅੱਧੇ ਰੱਬ ਹੁੰਦੇ ਨੇ, ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਗਿਆ। ਮੈਂ ਤਾਂ ਸ਼ਰਮ ਦੇ ਮਾਰੇ 2 ਮਹੀਨੇ ਘਰੋਂ ਬਾਹਰ ਨਾ ਨਿਕਲੀ। ਇਹਦੇ ਮਾਂ ਪਿਓ ਨੂੰ ਭੋਰਾ ਸ਼ਰਮ ਨਾ ਆਈ, ਨਾ ਇਹਨੂੰ ਨਿਕਲੀ ਉਧਲੀ ਨੂੰ। ਮੈਂ ਤਾਂ ਵਿਆਹ ਕਰਾ ਕੇ ਪਛਤਾ ਰਹੀ ਹਾਂ, ਹਰ ਵੇਲੇ ਇੱਕੋ ਹੀ ਤਾਨਾ ਮਾਰਦੀ ਰਹਿੰਦੀ ਹੈ, ਆਖੇ ਨਿਕਲੀ ਉਧਲੀ। ਮੇਰੇ ਬਾਪ ਨੇ ਤਾਂ ਮੇਰੀ ਖੁਸ਼ੀ ਖਾਤਰ ਫਾਹਾ ਮੇਰੇ ਗਲ ਪਾਇਆ ਸੀ, ਜਿਹਦੀ ਸਜ਼ਾ ਹੁਣ ਮੈਂ ਪਲ ਪਲ ਭੋਗ ਰਹੀ ਹਾਂ। ਭੋਗ ਤਾਂ ਅਸੀਂ ਰਹੇ ਹਾਂ, ਪਤਾ ਨਹੀਂ ਰੱਬ ਨੇ ਮੇਰੇ ਨਾਲ ਕਿਹੜਾ ਜਨਮ ਦਾ ਵੈਰ ਕਮਾਇਆ। ਮੇਰੇ ਮੁੰਡੇ ਨੇ ਜ਼ਰੂਰ ਕਿਸੇ ਦਾ ਮਾੜਾ ਕੀਤਾ ਹੋ ਜੋ ਉਹਨੂੰ ਇਹ ਸਜ਼ਾ ਮਿਲੀ ਹੈ। ਚਲਿੱਤਰ ਕਰਦੀ ਆ ਚਲਿੱਤਰ, ਹਾਏ ਚਲਿੱਤਰੋ ਵੱਡੀ। ਹੈਂ, ਤੇਰੇ ਜਿੰਨੇ ਚਲਿੱਤਰ ਨਹੀਂ ਹੋਣੇ, ਕੰਮ ਤੋਂ ਡਰਦੀ ਮਾਰੀ ਬੁਖਾਰ ਚੜਾ ਕੇ ਪੈ ਜੂ, ਆ ਰੋਟੀ ਬਣਾਉਂਦੀ ਮਾਰੀ ਆ ਬ੍ਰੈਡ ਤੇ ਖੂਨ ਜਾ ਲਾ ਕੇ ਖਾ ਲੂ, ਅਲਸੂ ਪਲਸੂ ਖਾਂਦੀ ਰਹੂ, ਕੰਮ ਨੂੰ ਕਹਿ ਦਾ ਖਾਣ ਨੂੰ ਪੈਂਦੀ ਹੈ। ਸਾਰੇ ਕੰਮ ਤਾਂ ਕਰਦੀ ਆ, ਫਿਰ ਵੀ ਬੜਬੜ ਕਰਦੀ ਰਹੂਗੀ, ਕਰਦੀ ਕੀ ਆ, ਨਸਲ ਜੀ ਦਾ ਹੋਵੇ ਤਾਂ। ਹਰਪ੍ਰੀਤ ਕੌਰ ਜੀ, ਤਮੀਜ਼ ਨਾਲ ਗੱਲ ਕਰੋ, ਜਿਹੜੀ ਸੱਸ ਹੁੰਦੀ ਆ ਉਹ ਮਾਵਾਂ ਵਰਗੀ ਹੁੰਦੀ ਹੈ, ਤੁਹਾਡਾ ਫਰਜ਼ ਬਣਦਾ ਹੈ ਆਪਣੀ ਸੱਸ ਦੀ ਸੇਵਾ ਕਰਨਾ। ਅੱਗੋ ਸੱਸ ਸੇਵਾ ਕਰਾਉਣ ਵਾਲੀ ਵੀ ਤਾਂ ਹੋਵੇ, ਜਦੋਂ ਵੇਖੋ ਨੁਕਤਾਚੀਨੀ ਕਰਦੀ ਰਹਿੰਦੀ ਹੈ, ਹਰ ਗੱਲ 'ਚ ਲਾਤੜ ਆਉਂਦੀ ਹੈ, ਕਦੇ ਕਹੂੰ ਦੁੱਧ 'ਚ ਪਾਣੀ ਪਾ ਕੇ ਦਿੱਤਾ, ਕਦੇ ਕਹੂੰ ਦਾਲ 'ਚ ਫਾਰਮੀਕਿਓ ਪਾ ਕੇ ਦਿੱਤਾ, ਚਾਹ ਤਾਂ ਇਹਨੂੰ ਸੁੱਖਣਾ ਮੇਰੀ ਕਦੇ ਪਸੰਦ ਹੀ ਨਹੀਂ ਆਈ। ਰਕਾਰ ਪੁੱਤ, ਨੀਰਾ ਕਾੜਾ ਕਰਕੇ ਦਿੰਦੀ ਹੈ, ਪਿਆ ਪਿਆ ਕੇ ਮਿੱਠਾ, ਮੈਨੂੰ ਤਾਂ ਸ਼ੂਗਰ ਕਰਤੀ। ਮਾਂ ਆਊਗੀ ਤਾਂ ਬਥੇਰੇ ਦੇਸੀ ਘਿਓ ਦੇ ਪਰੌਂਠੇ ਚੱਪੜ ਕੇ ਦੇਊਗੀ, ਦੁੱਧ 'ਚ ਪੱਤੀ ਪਾ ਕੇ ਦਊ, ਚੁੰਝ ਨਾਲ ਚੁੰਝ ਜੋੜ ਕੇ ਗੱਲਾਂ ਕਰਦੀ ਹੈ। ਮਾਂ ਖਾਲੀ ਹੱਥ ਆਊਗੀ, ਬੈਗ ਭਰ ਭਰ ਕੇ ਲੈ ਜਾਂਦੀ ਹੈ, ਮੈਨੂੰ ਤਾਂ ਕਦੇ ਪਾਰਟੀ ਲੀਡ ਨਹੀਂ ਸਰੀ। ਹਾਂ, ਉਹ ਇਹ ਬੜੇ ਚੁੱਲੜੀਏ ਸਰਦਾਰ ਬਣੀ ਫਿਰਦੇ ਨੇ, ਪਿਓ ਖਾਲੀ ਹੱਥ ਹੀ ਆ ਜਾਂਦਾ, ਕਦੇ ਕੇਲੇ ਸੰਤਰੇ ਜੁੜੇ ਨੇ। ਨੀ, ਥੋੜਾ ਢਿੱਡ ਨਹੀਂ ਭਰਨਾ, ਮੇਰੇ ਪਿਓ ਨੇ ਤਾਂ 40 ਲੱਖ ਲਾਤਾ ਵਿਆਹ ਤੇ। 40 ਲੱਖ ਕਾਸਤੇ ਲਾਤਾ, ਡੀ ਚੰਦ ਦੇ ਸੂਟ ਉਹ ਵੀ ਲੱਗ ਗਿਆ ਨੇ ਸਾਵੇਂ ਮੋੜ ਤੇ। ਤੁਸੀਂ ਪੇਂਡੂ ਲੋਕ, ਮੈਂ ਸਰਦਾਰਾਂ ਦੀ ਧੀ। ਸਰਦਾਰਾਂ ਦੀਆਂ ਧੀਆਂ ਨਿਕਲ ਕੇ ਨਹੀਂ ਆਉਂਦੀਆਂ। ਥੋੜਾ ਵੇ ਰੱਬਾ, ਇਹਨੂੰ ਚੱਕ ਲੈ ਤੇ ਮੇਰੀ ਜਾਨ ਸੌਖੀ ਕਰ ਦੇ। ਨਹੀਂ, ਮੈਨੂੰ ਕਾਹਤੋਂ ਚੱਕੇ ਰੱਬ, ਤੇਰੀ ਮਾਂ ਨੂੰ ਚੱਕੇ, ਭਾਈਆਂ ਪਿੱਟੀ ਨੇ ਪਛਾੜੀ ਲਿਆ ਤੇ। ਮਾਤਾ ਜੀ ਤੁਸੀਂ ਚੁੱਪ ਕਰੋ, ਸਿਆਣੇ ਹੋ, ਬੋਲਣਾ ਨਹੀਂ ਹੈਗਾ। ਵੇ ਮੈਂ ਤਾਂ ਚੁੱਪ ਹੀ ਆ, ਜੇ ਬੋਲਣ ਵਾਲੀ ਹੁੰਦੀ ਨਾ ਤਾਂ ਇਹਦਾ ਟੰਡ ਫੋੜਿਆ ਬਾਹਰ ਮਾਰਦੀ ਕੱਢ ਕੇ। ਹੈ, ਤੂੰ ਇਹਨੂੰ ਚੁੱਪ ਕਰਾ ਜਿਹਦੇ ਐਡਾ ਡੰਡਾ ਲੱਗਿਆ, ਭਾਈਆਂ ਪਿੱਟੀ ਨੇ ਪਛਾੜੀ ਲਿਆਤੀ। ਨਹੀਂ, ਮੇਰੇ ਭਾਈਆਂ ਨੇ ਤਾਂ ਪਿੱਟਦੀ ਆ, ਉਹ ਆਪਦੇ ਪਿੱਟ। ਮੇਰਾ ਤਾਂ ਇੱਕੋ ਹੀ ਸੀ, ਉਹ ਵੀ ਤੇਰੇ ਦੰਦੇ ਨੇ ਖਾ ਲਿਆ। ਵੇਖ ਕਿਵੇਂ ਭਰੂਪ ਧਰਦੀ ਹੈ, ਭਰੂਪਣ ਡੈਣ ਤੋਂ ਭੈੜੀ। ਮੈਂ ਡੈਣ? ਹੈ, ਜੇ ਮੈਂ ਡੈਣ ਹੁੰਦੀ ਨਾ ਤਾਂ ਸਾਰਾ ਤੋਂ ਪਹਿਲਾਂ ਤੇਰਾ ਟੱਬਰ ਚੱਬਦੀ। ਤੂੰ ਹੈ ਚੁੜੇਲ। ਹੋਏ, ਮੈਂ ਚੁੜੇਲ? ਹਾਂ, ਚੁੜੇਲ ਤੋਂ ਵੀ ਭੈੜੀ, ਤੇਰੇ ਨਾਲ ਸੋਹਣੀ ਤਾਂ ਸਾਡੇ ਨੌਕਰਾਣੀ ਹੈ। ਆ ਦੇਖੀ, ਆ ਬਿੰਗਾ ਜਿਹਾ ਨੱਕ, ਚੌੜੀਆਂ ਜਿਹੀਆਂ ਅੱਖਾਂ, ਆ ਤੋਰੀ ਵਰਗਾ ਕੱਦ, ਪਤਾ ਨਹੀਂ ਮੇਰੇ ਮੁੰਡੇ ਨੇ ਕੀ ਦੇਖਿਆ ਸੀ ਇਹਦੇ 'ਚ। ਹੁਣ ਵਿਆਹ ਲੈ ਫਿਰ। ਮੈਂ ਪਹਿਲਾਂ ਤੇਰਾ ਜੂੜ ਵੱਢੂ, ਮੈਂ ਤਾਂ ਹੱਥ ਨਾਲ ਵਿਆਹ ਲੂੰ ਮੁੰਡਾ। ਚੁੱਪ 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 ਚੁੱਪ, ਇਸ ਤੋਂ ਪਹਿਲਾਂ ਕਿ ਇੱਕ ਦੂਜੀ ਦੇ ਜੂੰਡੇ ਪੱਟਣ, ਆਪਾਂ ਲੈਣਾ ਇੱਕ ਛੋਟਾ ਜਿਹਾ ਬ੍ਰੇਕ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਤੁਸੀਂ ਦੇਖਦੇ ਰਹੋ ਪ੍ਰੋਗਰਾਮ ਸੱਚ ਦੀ ਅਦਾਲਤ। ਚੁੱਪ ਚੁੱਪ ਬੋਲਣਾ ਨਹੀਂ। ਲਓ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸੱਚ ਦੀ ਅਦਾਲਤ। ਦੇਖੋ ਹਰਪ੍ਰੀਤ ਕੌਰ ਜੀ, ਤੁਸੀਂ ਸਿਆਣੇ ਹੋ, ਪੜ੍ਹੇ ਲਿਖੇ ਹੋ, ਹੈ, ਇਹ ਤੁਹਾਡੀ ਸੱਸ ਹੈ, ਸੱਸ ਮਾਵਾਂ ਦੇ ਸਮਾਨ ਹੁੰਦੀ ਹੈ, ਹੈ, ਇਹਨਾਂ ਨੂੰ ਪਿਆਰ ਨਾਲ ਹੈਂਡਲ ਕਰੋ, ਇਹਨਾਂ ਨੂੰ ਕਹੋ ਵੀ ਮਾਤਾ ਜੀ ਜ਼ਮਾਨਾ ਚੇਂਜ ਹੋ ਗਿਆ, ਪਿਆਰ ਦੀ ਪਰਿਭਾਸ਼ਾ ਦੇ ਨਾਲ ਇਹਨਾਂ ਨੂੰ ਸਮਝਾਓ। ਪਰ ਇਹ ਪਿਆਰ ਦੀ ਭਾਸ਼ਾ ਨਹੀਂ ਨਾ ਸਮਝਦੀ, ਨਾਲੇ ਗੱਲ ਸੁਣੋ, ਆ ਲੱਤ ਕੇ ਬੂਤ ਨਾ ਬਾਤੋਂ ਸੇ ਨਹੀਂ ਮਾਨਤੇ। ਜੇ ਤੁਹਾਡੀ ਸੱਚ ਦੀ ਅਦਾਲਤ ਹੈ ਨਾ ਤਾਂ ਇੱਕ ਫੈਸਲਾ ਕਰ ਦਿਓ, ਜਾਂ ਤਾਂ ਇਸ ਘਰ 'ਚ ਮੈਂ ਰਹੂੰਗੀ ਜਾਂ ਇਹ ਬੁੱਢੜੀ। ਨਹੀਂ, ਤੂੰ ਘਰ ਦੀ ਟੈਕੀ ਨਹੀਂ ਲੱਗਦੀ, ਪਾੜ ਕੇ 2 ਕਰ ਦੋ। ਮਾਤਾ ਜੀ, ਮਾਤਾ ਜੀ ਮੇਰੀ ਗੱਲ ਸੁਣ, ਤੁਸੀਂ ਬੋਲਣਾ ਨਹੀਂ, ਤੁਸੀਂ ਬੋਲਣਾ ਬਿਲਕੁਲ ਨਹੀਂ ਬੋਲਣਾ। ਮੈਂ ਤੇਰਾ ਥੱਪੜ ਮਾਰੂ ਮੂੰਹ ਤੇ। ਹੈ, ਤੈਨੂੰ ਵਕੀਲ ਕਿਹਨੇ ਬਣਾਤਾ? ਆ ਤੇਰੇ ਸਾਹਮਣੇ ਕਹਿ ਰਹੀ ਹੈ ਮੈਨੂੰ ਘਰੋਂ ਕੱਢੂਗੀ। ਦੇਖੋ ਹਰਪ੍ਰੀਤ ਕੌਰ ਜੀ, ਤੁਸੀਂ ਮੈਨੂੰ ਇਹ ਦੱਸੋ, ਤੁਹਾਡੇ ਘਰ ਵਾਲਾ ਤੁਹਾਨੂੰ ਪਿਆਰ ਕਰਦਾ ਹੈ? ਬਹੁਤ ਜ਼ਿਆਦਾ। ਤੇ ਤੁਹਾਡੇ ਘਰ ਵਾਲਾ ਆਪਣੀ ਮਾਂ ਨੂੰ ਪਿਆਰ ਕਰਦਾ ਹੈ? ਮੇਰੇ ਤੋਂ ਵੀ ਵੱਧ ਕੇ ਕਰਦਾ ਹੈ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਘਰ ਦੇ ਵਿੱਚ ਜਾਂ ਇਹ ਰਹੂਗੀ ਜਾਂ ਮੈਂ ਰਹੂੰਗੀ? ਕਿੱਥੇ ਜਾਊਗੀ ਇਹ? ਅਗਰ ਬਿਰਧ ਆਸ਼ਰਮ 'ਚ ਚਲੀ ਗਈ ਤਾਂ ਲੋਕ ਤੁਹਾਨੂੰ ਫਟਕਾਰਾਂ ਪਾਉਣਗੇ, ਤੁਹਾਡੀ ਬੇਇੱਜ਼ਤੀ ਹੋਊਗੀ। ਵੇ, ਇਹਨੂੰ ਕਿੱਥੇ ਸ਼ਰਮ ਹੈ, ਇਹਦੀ ਮਾਂ ਨੇ ਇਹਦੀ ਦਾਦੀ ਕੱਢੀ ਸੀ। ਓ ਚੁੱਪ। ਅੱਛਾ ਮੈਨੂੰ ਇਹ ਦੱਸੋ ਵੀ ਸਾਰੀ ਝਗੜੇ ਦੀ ਜੜ ਕੀ ਹੈ? ਆਹੀ ਮਾੜੀ ਮਾੜੀ ਗੱਲ ਤੇ ਟੋਕਾ ਟਕਾਈ। ਨਾ ਪੁੱਤ, ਫਿਰ ਕਹਿੰਗਾ ਬੋਲਦੀ ਹੈ, ਆ ਸਾਰੇ ਝਗੜੇ ਦੀ ਜੜ ਇਹਦੀ ਫੇਸਬੁੱਕ ਆ। ਫੇਸਬੁੱਕ? ਅੱਛਾ ਫੇਸਬੁੱਕ। ਅੱਛਾ ਮੈਨੂੰ ਇਹ ਦੱਸੋ, ਤੁਸੀਂ ਮਾੜਾ ਮੋਟਾ ਆਥਣ ਦੜ ਕੇ ਬੈਠਿਆ ਕਰੋ ਫੇਸਬੁੱਕ ਤੇ। ਵੈਸੇ ਇੱਕ ਗੱਲ ਹੈ, ਫੇਸਬੁੱਕ ਤੇ ਫਰਿੱਜ ਦੇ ਵਿੱਚ ਚਾਹੇ ਕੁਝ ਵੀ ਨਾ ਹੋਵੇ ਪਰ ਫਿਰ ਵੀ ਬੰਦਾ ਬਾਰ ਬਾਰ ਖੋਲ ਕੇ ਦੇਖਦਾ ਹੈ। ਸਾਰਾ ਦਿਨ ਮੇਰੀ ਫੇਸਬੁੱਕ ਤੇ ਮੱਚਦੀ ਰਹਿੰਦੀ ਹੈ, ਟੀਵੀ ਨਹੀਂ ਦੇਖਣ ਦਿੰਦੀ, ਆਹ ਨਾ ਕਰ ਉਹ ਨਾ ਕਰ, ਮੈਂ ਕੋਈ ਗੁਲਾਮ ਹੈ ਇਹਦੀ? ਵੇ ਪੁੱਤ, ਸਾਰਾ ਦਿਨ ਟੀਵੀ ਮੂਹਰੇ ਬੈਠੀ ਰਹਿੰਦੀ ਹੈ, ਚਾਹੇ ਜੋ ਮਰਜ਼ੀ ਹੋ ਜਾਏ। ਪਰਸੋਂ ਸੰਗਰਾਂਦ ਸੀ, ਮੈਂ ਕਿਹਾ ਚੱਲ ਧੀਏ ਗੁਰਦੁਆਰੇ ਮੱਥਾ ਟੇਕ ਆਈਏ,
ਕਹਿੰਦੀ ਨਾ ਮੈਨੂੰ ਉੱਥੇ ਸਿਰ ਟਕਣਾ ਪਊ ਮੇਰੇ ਵਾਲ ਖਰਾਬ ਹੋ ਜਾਣਗੇ ਲੈ ਦੱਸ ਤੇ ਫੇਰ 7000 ਲਾ ਕੇ ਤਾਂ ਵਾਲ ਸਿੱਧੇ ਕਰਾਏ ਸੀਗੇ ਚੁੰਨੀ ਸਿਰ ਤੇ ਲੈ ਕੇ ਖਰਾਬ ਥੋੜੀ ਕਰਨੇ ਸੀ ਆ ਸਿੱਧੇ ਵਾਲਾਂ ਨੂੰ ਹੋਰ ਸਿੱਧਾ ਕਰਾਉਣ ਤੇ 7000 ਲਾਤਾ ਲੈ ਦੱਸ ਘਰ ਦੀ ਬਰਬਾਦੀ ਨਹੀਂ ਇਹ ਤਾਂ ਇਹੋ ਜਿਹੇ ਕਸੁੱਤੇ ਫੈਸ਼ਨ ਕਰੂ ਵੇ ਪੁੱਤ ਔਰ ਨਿੱਕਰ ਜੀ ਪਾ ਕੇ ਘਰੇ ਫਿਰਦੀ ਰਹੂ ਹੈ ਹੱਥ ਨੇ ਹੋਰ ਹੀ ਝੁਗਲਾ ਜਿਹਾ ਪਾ ਲੂ ਇੱਕ ਦਿਨ ਆ ਘੱਗਰੀ ਜੀ ਪਾ ਕੇ ਪਿੰਡ ਵਗ ਗਈ ਮਗਰ ਕੁੱਤੇ ਪੈ ਗਏ ਲੈ ਦੱਸ ਓ ਮਾਤਾ ਜੀ ਇਹ ਫੈਸ਼ਨ ਹੈ ਅੱਜ ਕੱਲ ਮਾਡਰਨ ਜ਼ਮਾਨਾ ਹੈ ਤੁਹਾਨੂੰ ਜ਼ਮਾਨੇ ਦੇ ਨਾਲ ਨਾਲ ਚੱਲਣਾ ਚਾਹੀਦਾ ਹੈ ਸਵਾ ਆ ਜਮੇ ਹੀ ਅੱਗ ਲੱਗੀ ਪਈ ਹੈ ਜਵਾਨੇ ਨੂੰ ਆ ਕੁੜੀਆਂ ਨੇ ਵਾਲ ਕਟਾਤੇ ਤੇ ਮੁੰਡਿਆਂ ਨੇ ਵਾਲ ਵਧਾਤੇ ਹੈ ਪਤਾ ਹੀ ਨਹੀਂ ਲੱਗਦਾ ਵੀ ਮੁੰਡਾ ਕੌਣ ਹੈ ਤੇ ਕੁੜੀ ਕੌਣ ਹੈ ਆ ਪਾਰਟੀਆਂ ਜੇ ਪੈਂਟ ਪਾ ਕੇ ਕਹਿਣਗੇ ਰਿਵਾਜ ਹੈ ਜਮੇ ਹੀ ਅੱਗ ਲੱਗੀ ਪਈ ਹੈ ਆ ਸਾਡਾ ਜ਼ਮਾਨਾ ਵਧੀਆ ਸੀ ਓ ਮਾਤਾ ਜੀ ਉਹ ਪੁਰਾਣਾ ਜ਼ਮਾਨਾ ਇਸ ਕਰਕੇ ਵਧੀਆ ਸੀ ਕਿਉਂਕਿ ਉਹ ਗੁਜ਼ਰ ਚੁੱਕਾ ਹੁੰਦਾ ਹੈ ਜਦੋਂ ਤੁਹਾਡੀ ਨੂੰ ਫੈਸ਼ਨ ਕਰਦੀ ਹੈ ਵਾਲ ਖੁੱਲੇ ਰੱਖਦੀ ਹੈ ਸੋਹਣੇ ਸੋਹਣੇ ਕੱਪੜੇ ਪਾਉਂਦੀ ਹੈ ਤਾਂ ਜੀ ਤਾਰੀਫ ਕਰਿਆ ਕਰੋ ਵੀ ਹਾਏ ਹਾਏ ਕਿੰਨੀ ਸੋਹਣੀ ਲੱਗਦੀ ਹੈ ਐਨੇ ਜਨੇ ਖੁਸ਼ ਹੋ ਜਾਣਾ ਹਾਂ ਹੈ ਇਹਦੇ ਛੋਟੇ ਛੋਟੇ ਕੱਪੜਿਆਂ ਦੀ ਤਾਰੀਫ ਕਰਾਂ ਖੁੱਲੇ ਚੁੰਡਿਆਂ ਦੀ ਤਾਰੀਫ ਕਰਾਂ 12-12 ਵਜੇ ਤੱਕ ਸੁੱਤੀ ਰਹਿੰਦੀ ਹੈ ਇਸ ਗੱਲ ਦੀ ਤਾਰੀਫ ਕਰਾਂ ਵੇ ਪੁੱਤ ਇਹਦੀ ਕਰਤੂਤ ਤਾਂ ਤੈਨੂੰ ਮੈਂ ਦੱਸਦੀ ਹਾਂ ਆ ਪਰਸੋਂ ਚੱਲ ਛੱਡ ਦੱਸ ਦੇ ਐਡੀ ਕਿੱਡੀ ਗੱਲ ਹੈ ਤੇਰੇ ਲਈ ਮਾਮੂਲੀ ਹੋਊ ਸਾਡੇ ਲਈ ਤਾਂ ਮਰਨ ਮਰਾਉਣ ਵਾਲੀ ਗੱਲ ਹੈ ਚਲੋ ਜੇ ਕੋਈ ਘਰ ਦੀ ਘਰੇਲੂ ਗੱਲ ਹੈ ਤਾਂ ਨਾ ਹੀ ਦੱਸੋ ਐਡੀ ਵੀ ਕੋਈ ਗੱਲ ਨਹੀਂ ਜੀ ਪਰਸੋਂ ਮੇਰੇ ਫਰੈਂਡ ਆ ਗਏ ਸੀ ਘਰੇ ਕਹਿੰਦੀ ਤੇਰੇ ਆਸ਼ਿਕ ਆਇਆ ਐਡੀ ਵੀ ਕੀ ਗੱਲ ਹੋ ਗਈ ਹੁਣ ਮੈਂ ਆਪਣੇ ਦੋਸਤਾਂ ਨੂੰ ਮਿਲਾ ਵੀ ਨਾ ਉਹਨਾਂ ਨਾਲ ਖਾਣਾ ਵੀ ਨਹੀਂ ਖਾ ਸਕਦੀ ਬਹਿ ਕੇ ਅੱਛਾ ਆ ਪੁੱਤ ਮੁੰਡਾ ਮੁੰਡੇ ਦਾ ਦੋਸਤ ਕੁੜੀ ਕੁੜੀ ਦੀ ਸਹੇਲੀ ਹੈ ਉਹਨਾਂ ਨੂੰ ਭੱਜ ਕੇ ਜੱਫੀ ਪਾ ਕੇ ਮਿਲੀ ਹੱਥ ਮਲਾਇਆ ਮੈਂ ਤਾਂ ਧਰਤੀ 'ਚ ਗਰਕਣ ਵਾਲੀ ਹੋ ਗਈ ਅਜੇ ਤਾਂ ਮੈਂ ਮੁੰਡੇ ਨੂੰ ਨਹੀਂ ਦੱਸਿਆ ਉਹ ਤਾਂ ਇਹਨੂੰ ਘਰੋਂ ਕੱਢ ਦਿੰਦਾ ਤੇਰੇ ਮੁੰਡੇ ਨਹੀਂ ਭੇਜੇ ਸੀ ਬਿਜ਼ੀ ਸੀ ਅਗਲਾ ਉਹ ਮੇਰੀ ਗੱਲ ਸੁਣੋ ਮਾਤਾ ਜੀ ਤੁਹਾਡਾ ਮੁੰਡਾ ਤੇ ਤੁਹਾਡੀ ਨੂੰ ਇੱਕੋ ਕਲਾਸ ਵਿੱਚ ਪੜ੍ਹਦੇ ਸੀ ਹੈ ਇਹਨਾਂ ਦੇ ਦੋਸਤ ਵੀ ਇੱਕੋ ਨੇ ਤੇ ਉਹਦੇ ਦੋਸਤ ਵੀ ਇੱਕੋ ਨੇ ਦੋਸਤ ਘਰੇ ਆ ਸਕਦੇ ਨੇ ਖਾਣਾ ਖਾ ਰਹੇ ਤਾਂ ਕਿੰਨੀ ਗੱਲ ਹੋ ਗਈ ਪਰ ਇਹਦੇ ਮੋਟੇ ਦਿਮਾਗ 'ਚ ਨਾ ਪੈਂਦੀ ਇਹ ਗੱਲ ਦੁਨੀਆ ਚੰਦ ਤੇ ਪਹੁੰਚ ਗਈ ਪਰ ਇਹ ਦੇਖੋ ਹਰਪ੍ਰੀਤ ਜੀ ਸ਼ਰਮ ਔਰ ਦਾ ਗਹਿਣਾ ਹੁੰਦੀ ਹੈ ਭਾਵੇਂ ਅਸੀਂ ਸਾਇੰਸ ਦੇ ਯੁੱਗ ਵਿੱਚੋਂ ਗੁਜ਼ਰ ਰਹੇ ਹਾਂ ਪਰ ਸ਼ਰਮ ਫਿਰ ਵੀ ਬਹੁਤ ਜ਼ਰੂਰੀ ਹੈ ਇਹਨੂੰ ਕਿੱਥੇ ਸ਼ਰਮ ਹੈ ਵੇ ਪੁੱਤ ਮੁੰਡੇ ਨੂੰ ਆਪਣੀ ਜੁੱਠੀ ਰੋਟੀ ਖਵਾਉਂਦੀ ਹੈ ਉਹਦੇ ਨਾਲ ਬਹਿ ਕੇ ਖਾਂਦੀ ਹੈ ਲੋੜਾ ਨਹੀਂ ਓਏ ਮਾਤਾ ਜੀ ਇਹਦੇ 'ਚ ਲੋੜੇ ਵਾਲੀ ਕਿਹੜੀ ਗੱਲ ਹੈ ਨਾਲੇ ਮੇਰੀ ਗੱਲ ਸੁਣੋ ਇਕੱਠੇ ਰੋਟੀ ਖਾਣ ਨਾਲ ਪਿਆਰ ਵੱਧਦਾ ਪਿਆਰ ਲੈ ਮੈਂ ਤਾਂ ਕਦੀ ਇਹਦੇ ਸਹੁਰੇ ਨੂੰ ਆਪਣੀ ਜੁੱਠੀ ਰੋਟੀ ਨਹੀਂ ਖਵਾਈ ਹਮੇਸ਼ਾ ਪਹਿਲਾਂ ਉਹ ਖਾਂਦਾ ਮੈਂ ਭਾਵੇਂ ਉਹਦੀ ਜੁੱਠੀ ਖਾ ਲੈਂਦੀ ਮਰਨੇ ਮਰ ਗਿਆ ਪਰ ਮੈਂ ਕਦੀ ਉਹਦਾ ਕਰਵਾ ਚੌਥ ਦਾ ਵਰਤ ਨਹੀਂ ਖੁੰਝਾਇਆ ਆ ਮੈਨੂੰ ਕਿਹਾ ਮੈਂ ਕਿਹਾ ਚੱਲ ਧੀਏ ਵਰਤ ਰੱਖ ਲੈ ਕਰਵਾ ਚੌਥ ਦਾ ਘਰ ਵਾਲੇ ਦੀ ਉਮਰ ਲੰਬੀ ਹੋਊ ਕਹਿੰਦੀ ਨਾ ਮੇਰਾ ਦਿਮਾਗ ਖਰਾਬ ਹੈ ਮੈਂ ਭੁੱਖੀ ਰਹਾਂ ਲੈ ਦੱਸ ਬਥੇਰਾ ਸਮਝਾਈ ਵੀ ਕਰਵਾ ਚੌਥ ਦਾ ਵਰਤ ਰੱਖਣ ਨਾਲ ਘਰ ਵਾਲੇ ਦੀ ਉਮਰ ਲੰਬੀ ਹੁੰਦੀ ਹੈ ਅੱਛਾ ਮੈਨੂੰ ਇਹ ਦੱਸ ਵੀ ਵਰਤ ਰੱਖਣ ਨਾਲ ਉਮਰ ਲੰਮੀ ਹੁੰਦੀ ਹੈ ਹਾਂ ਤੁਹਾਡੇ ਘਰ ਵਾਲੇ ਦੀ ਕਿੰਨੀ ਉਮਰ ਸੀ 45 ਸਾਲ ਪੂਰੇ 25 ਸਾਲ ਮੈਂ ਉਹਦਾ ਵਰਤ ਰੱਖਿਆ ਸੀ ਤੁਸੀਂ 25 ਸਾਲ ਉਹਦਾ ਵਰਤ ਰੱਖਿਆ ਹਾਂ ਫਿਰ ਉਹ 80 ਸਾਲ ਦਾ ਕਿਉਂ ਨਹੀਂ ਹੋਇਆ ਆਜਾ ਆਜਾ ਆਇਆ ਦੱਸ ਹੁਣ ਲੈ ਉਹਦੀ ਲਿਖੀ ਐਨੀ ਸੀ ਓ ਮਾਤਾ ਜੀ ਭੁੱਖੇ ਰਹਿ ਨਾਲ ਕਦੇ ਲੰਮੀ ਉਮਰ ਨਹੀਂ ਹੁੰਦੀ ਆ ਦੁਨੀਆ ਦੇ ਵਿੱਚ ਹਰ ਰੋਜ਼ ਕਰੋੜਾਂ ਲੋਕ ਭੁੱਖੇ ਸੌਂਦੇ ਨੇ ਪਰ ਫਿਰ ਵੀ ਮਰ ਜਾਂਦੇ ਨੇ ਜਿਹੜਾ ਵਰਤ ਹੈ ਨਾ ਸੋਮਵਾਰ ਦਾ ਵਰਤ ਮੰਗਲਵਾਰ ਦਾ ਵਰਤ ਪੂਰਨਮਾਸ਼ੀ ਦਾ ਵਰਤ ਪਤਾ ਕਾਸ ਵਾਸਤੇ ਬਣਿਆ ਆਪਣਾ ਜਿਹੜਾ ਸਰੀਰ ਹੈ ਇਹ ਹਰ ਰੋਜ਼ ਮਸ਼ੀਨਰੀ ਦੀ ਤਰ੍ਹਾਂ ਕੰਮ ਕਰਦਾ ਇਹਨੂੰ ਰੈਸਟ ਵੀ ਬਹੁਤ ਜ਼ਰੂਰੀ ਹੈ ਪਰ ਤੁਸੀਂ ਲੋਕਾਂ ਨੇ ਇਹਨੂੰ ਖਾਣ ਦਾ ਤੱਕ ਭੰਜ ਬਣਾ ਰੱਖਿਆ ਹੈਗਾ ਹੈ ਸਾਰੀ ਦਿਹਾੜੀ ਭੁੱਖੇ ਰਹਿ ਕੇ ਆਥਣੀ ਜਦੋਂ ਵਰਤੋਂ ਨਾ ਫਿਰ ਲੋੜ ਤੋਂ ਵੱਧ ਖਾ ਲੈਂਦੇ ਹੋ ਮਾਤਾ ਜੀ ਸਮੇਂ ਦੀ ਚਾਲ ਪਹਿਚਾਣੋ ਤੁਹਾਡਾ ਝਗੜਾ ਸਿਰਫ ਪੁਰਾਣੇ ਤੇ ਨਵੇਂ ਜਵਾਨੇ ਦਾ ਹੈ ਇਹਨੂੰ ਸਮਝੋ ਪਰ ਇਹ ਨਹੀਂ ਨਾ ਸਮਝਦੀ ਦੇਖੋ ਮਾਤਾ ਜੀ ਤੁਸੀਂ ਸਿਆਣੇ ਹੋ ਮੈਨੂੰ ਇੱਕ ਗੱਲ ਦਾ ਜ਼ਰੂਰ ਪਤਾ ਹੈ ਤੁਸੀਂ ਆਪਦੀ ਨੂੰਹ ਨੂੰ ਬਹੁਤ ਪਿਆਰ ਕਰਦੇ ਹੋ ਇਹਨੂੰ ਪਿਆਰ ਕਰਦੀ ਹੈ ਮੇਰੀ ਜੁੱਤੀ ਪਰ ਮੈਨੂੰ ਪਤਾ ਹਰਪ੍ਰੀਤ ਜੀ ਤੁਸੀਂ ਵੀ ਆਪਦੀ ਸੱਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਇਹਨੂੰ ਪਿਆਰ ਕਰੇ ਮੇਰੀ ਜੁੱਤੀ ਚਲੋ ਹੁਣੀ ਦੇਖ ਲੈਨੇ ਆ ਮਾਤਾ ਜੀ ਇਹ ਸੱਚ ਦੀ ਅਦਾਲਤ ਹੈ ਇਸ ਕਟਹਿਰੇ ਵਿੱਚ ਖੜ ਕੇ ਦਿਲ ਦੀ ਗੱਲ ਕਹਿਣ ਦੀ ਹਰ ਇੱਕ ਨੂੰ ਇਜਾਜ਼ਤ ਹੈ ਸੋ ਤੁਸੀਂ ਵੀ ਆਪਣੇ ਦਿਲ ਦੀ ਗੱਲ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਜ਼ਰੂਰ ਕਰੋਗੇ ਮਾਤਾ ਜੀ ਇਹ ਤੁਹਾਡੀ ਨੂੰਹ ਹੈ ਹਾਂ ਪੁੱਤ ਸੁੱਖ ਨਾਲ ਇਹ ਮੇਰੀ ਨੂੰਹ ਹੈ ਮੇਰੇ ਮੁੰਡੇ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਪਰ ਇਹ ਵਧੀਆ ਘਰ ਤੋਂ ਹੈ ਖਾਨਦਾਨੀ ਹੈ ਮਾਂ ਬਾਪ ਬੱਚੇ ਦੀ ਖੁਸ਼ੀ 'ਚ ਖੁਸ਼ ਹੁੰਦੇ ਨੇ ਮਾਤਾ ਜੀ ਇਹ ਤੁਹਾਨੂੰ ਰੋਟੀ ਬਣਾ ਕੇ ਦਿੰਦੀ ਹੈ ਹੌਲੀ ਹੌਲੀ ਸਿੱਖ ਰਹੀ ਹੈ ਪੁੱਤ ਰੋਟੀ ਤਾਂ ਵਧੀਆ ਬਣਾਉਣ ਲੱਗ ਗਈ ਮਾਂ ਪਿਓ ਦੀ ਇਕੱਲੀ ਇਕੱਲੀ ਧੀ ਸੀ ਲਾਡਲੀ ਇਸ ਕਰਕੇ ਕੰਮ ਘੱਟ ਜਾਂਦੀ ਹੈ ਪਰ ਹੁਣ ਤਾਂ ਦਾਲ ਭਾਜੀ ਵਧੀਆ ਬਣਾ ਲੈਂਦੀ ਹੈ ਮਾਤਾ ਜੀ ਇਹ ਤੁਹਾਡੇ ਨਾਲ ਲੜਦੀ ਵੀ ਹੈ ਪੁੱਤ ਭਾਵੇਂ ਲੜਦੀ ਹੈ ਪਰ ਪਿਆਰ ਮੈਨੂੰ ਬਹੁਤ ਕਰਦੀ ਹੈ ਦਿਨ 'ਚ 10-10 ਵਾਰ ਰੋਟੀ ਪੁੱਛੂ ਮੇਰਾ ਤਾਂ ਹੁਣ ਸਭ ਕੁਛ ਇਹੀ ਹੈ ਬਸ ਰੱਬ ਨੂੰ ਇੱਕੋ ਹੀ ਅਰਦਾਸ ਹੈ ਹੁਣ ਇੱਕ ਪੋਤਾ ਦੇ ਦੇ ਅੱਛਾ ਟੀਵੀ ਵੀ ਬਹੁਤ ਦੇਖਦੀ ਹੈ ਉਹ ਤਾਂ ਮੈਨੂੰ ਵੀ ਦੇਖਣ ਲਾਤਾ ਆ ਬਿਗ ਬਾਸ ਜਾਂ ਤਾਂ ਮੈਨੂੰ ਬਾਹਲਾ ਹੀ ਵਧੀਆ ਲੱਗਦਾ
मैं तो आप चोरी चोरी देख लैनी हां माता जी जदो तुहाडी नू फैशन करदी है तुहानू बुरा तो नहीं लगता ना पुत हुण तां सारा जमाना ही फैशन करी जांदा है पर आ जदों निक्कर जी पा लैंदी है ना उदों नहीं मैनूं चंगी लगदी पर हुण सारे घर दी मुख्तियारी इहदे हत्थ है चंगा करे चाहे माड़ा करे दर्शको आपां ने माता जी दे दिल दी गल तां कर ली हुण गल करदे आ हरप्रीत कौर दे दिल दी गल हरप्रीत कौर जी आओ और माता जी तुसीं कटहरे तों बाहर आओ ते इत्थे हर एक नूं अपने दिल दी गल कहण दी इजाजत है क्योंकि इह इक सच दी अदालत है बई सियाणे कहिंदे ने सस मिट्टी दी मां नहीं हुंदी की इह तुहाडी सस है नहीं नहीं इह तां मेरी मावां वर्गे ने मैनूं बहुत प्यार करदे ने मेरे हसबैंड तां इहनां तों बहुत प्यार करदे ने दिन च 10-10 वारी फोन करके पुछदे ने इहनां ने रोटी खा ली माता जी ने दवाई लै ली की तुहाडे नाल कदे झगड़ा करदे ने बहुत ज़्यादा पर मैनूं पता है इहनां दे दिल च कुछ नहीं हैगा मैं कई वारी गलत बोल जांदी आं फिर अंदर वड़ के रो लैनी आं ते अपने आप नूं कोसदी आं हरप्रीत कौर जी ਜਦੋਂ ਤੁਹਾਡੀ ਸੱਸ ਤੁਹਾਡੀ ਹਰ ਗੱਲ 'ਚ ਕਮੀਆਂ ਕੱਢਦੇ ਨੇ ਰੋਕਦੇ ਨੇ ਟੋਕਦੇ ਨੇ ਕੀ ਤੁਹਾਨੂੰ ਪੈੜਾ ਲੱਗਦਾ ਨਹੀਂ ਨਹੀਂ ਮੇਰੀ ਮਾਂ ਵੀ ਤਾਂ ਮੈਨੂੰ ਇੱਦਾਂ ਹੀ ਰੋਕਦੀ ਟੋਕਦੀ ਹੈ ਰੱਬ ਦੀ ਸੌਂ ਇਹਨਾਂ ਦਾ ਸੁਭਾਅ ਤਾਂ ਜਮਾਂ ਹੀ ਮੇਰੀ ਮਾਂ ਵਰਗਾ ਗੁੱਸੇ ਵੀ ਕਰਦੇ ਨੇ ਅਤੇ ਪਿਆਰ ਵੀ ਬਹੁਤ ਕਰਦੇ ਨੇ ਮੈਂ ਤਾਂ ਇਹਨਾਂ ਨੂੰ ਕਦੇ ਆਪਣੀ ਸੱਸ ਸਮਝਿਆ ਹੀ ਨਹੀਂ ਹਮੇਸ਼ਾ ਮਾਂ ਹੀ ਸਮਝਦੀ ਹਾਂ ਮਾਂ ਜੀ ਰਿਤੀ ਮੈਨੂੰ ਮਾਫ਼ ਕਰ ਦਿਓ ਮਾਂ ਜੀ ਨਾ ਪੁੱਤ ਇਸ ਤੋਂ ਬਾਅਦ ਤੇਰੇ ਨਾਲ ਕਦੇ ਨਹੀਂ ਲੜਦੀ ਕਦੇ ਨਹੀਂ ਲੜਦੀ ਕਮਾਲ ਹੈ ਇਹਨਾਂ ਨੇ ਤਾਂ ਆਪਣਾ ਫੈਸਲਾ ਆਪ ਹੀ ਕਰ ਲਿਆ ਪਰ ਦਰਸ਼ਕੋ ਸਾਨੂੰ ਤੁਹਾਡੇ ਫੈਸਲੇ ਦਾ ਇੰਤਜ਼ਾਰ ਰਹੂਗਾ ਸਾਡਾ ਈਮੇਲ ਪਤਾ ਹੈ ਮਿਲਦੇ ਹਾਂ ਅਗਲੇ ਹਫ਼ਤੇ ਕਿਸੇ ਹੋਰ ਮੁਜਰਮ ਦੇ ਨਾਲ ਤਦ ਤੱਕ ਆਪਣੇ ਗੁਰਚੇਤ ਚਿੱਤਰਕਾਰ ਨੂੰ ਦਿਓ ਇਜਾਜ਼ਤ ਰੱਬ ਰਾਖਾ ਇਹ ਬੁਰਾਈ ਕਦੇ ਖਤਮ ਨਹੀਂ ਹੋ ਸਕਦੀ ਅਗਰ ਬੁਰਾਈ ਖਤਮ ਕਰਨੀ ਹੈ ਤੇ ਰਾਵਣ ਨੂੰ ਸਾੜ ਕੇ ਨਹੀਂ ਇਹਨਾਂ ਦੇਸ਼ ਦੇ ਭ੍ਰਿਸ਼ਟ ਲੀਡਰਾਂ ਨੂੰ ਸਾੜੋ ਜਿਹੜੇ ਤੁਹਾਡੇ ਦੇਸ਼ ਨੂੰ ਲੁੱਟ ਲੁੱਟ ਕੇ ਖਾ ਗਏ ਇਹਨਾਂ ਜਫੇਦਾਰਾਂ ਨੂੰ ਸਾੜੋ ਜੋ ਪੰਥ ਨੂੰ ਲੁੱਟ ਲੁੱਟ ਕੇ ਖਾ ਗਏ ਉਹਨਾਂ ਸਾਧਾਂ ਨੂੰ ਸਾੜੋ ਜਿਹੜੇ ਲੋਕਾਂ ਨੂੰ ਲੁੱਟ ਲੁੱਟ ਕੇ ਮਿਲਾਂ ਵਰਗੇ ਡੇਰੇ ਬਣਾਈ ਬੈਠੇ ਨੇ ਇਹਨਾਂ ਨੂੰ ਸਾੜੋ ਫਿਰ ਬੁਰਾਈ ਖਤਮ ਹੋਏਗੀ ਅਗਰ ਨਾ ਖਤਮ ਹੋਈ ਤੇ ਰਾਵਣ ਹਰ ਰੋਜ਼ ਸੜਨ ਲਈ ਤਿਆਰ ਹੈ ਹਰ ਰੋਜ਼ ਸੜਨ ਲਈ ਤਿਆਰ ਹੈ ਹਰ ਰੋਜ਼ ਸੜਨ ਲਈ ਤਿਆਰ ਹੈ